अस्सलाम वालेकुम, सत श्री अकाल, नमस्ते। मैं हाँ पूर्वा मसूद, ते आप सब दा स्वागत है जीवे सांझा पंजाब दे शो तांग पुराने पिंड दे विच। 1947 दी होई पंजाब दी इस वंड ने लखां घर उजाड़े। पंजाबियों नू अपने घर बार जायदादा छड़ के प्रवास करना पिया। उस विछोड़े दी चीज़ अज भी अपना सब कुछ गवा के बैठे पंजाबियों दे दिलां विच रड़कदी है। ते जदों असी अपने चैनल दे इस शो राही उन्हां बुजुर्गां दीआं कहानियां आप सब नाल सांझियां करदे हाँ, ते बुजुर्गां नूं उन्हां दा पिंड दिखांदे हाँ, ते उन्हां दे बोलन विच वी उह दर्द पीड़ महसूस हुंदी है। इस लड़ी विच अज असी पहुंचे हाँ लहिंदे पंजाब दे जिला कसूर दे पिंड चक चार जागोवाली। पंजाब दी वंड तों पहलां इह पिंड सिखां अते मुसलमानां दा सांझा पिंड हुंदा सी। इस पिंड दे बुजुर्ग दसदे ने कि सिखां ते मुसलमानां दा आपसी भाईचारा बहुत ही वधिया सी, ते पिंड दी मसीत वी सरदारां ने मुसलमानां नूं बनवा के दित्ती सी। अज असी इस पिंड बारे जानकारी देंगे। माइग्रेट होके चढ़दे पंजाब जाके वसे सरदार मल्ला सिंह जी दे पुत्र सरदार फौजा सिंह जी, ते फौजा सिंह जी दे भतीजे सरदार मुख्तियार सिंह जी। दोवें आप अपने पिंड दीआं यादां इस वीडियो विच सांझी कर रहे ने।
ਅੱਜ ਅਸੀਂ ਪਹੁੰਚੇ ਹਾਂ ਸਹਾਰਨਪੁਰ ਜ਼ਿਲ੍ਹੇ ਦੇ ਪਿੰਡ ਕੁੰਡੀ ਦੇ ਵਿੱਚ, ਤੇ ਜਿੱਥੇ ਅਸੀਂ ਇੱਕ ਬਜ਼ੁਰਗ ਫੌਜਾ ਸਿੰਘ ਜੀ ਦੇ ਨਾਲ ਗੱਲਬਾਤ ਕਰਾਂਗੇ। ਤੇ ਆਓ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਉਹ ਕਿਹੜੇ ਪਿੰਡ ਤੋਂ ਆਏ ਨੇ। ਅੱਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਨਾਮ ਕੀ ਤੁਹਾਡਾ? ਫੌਜਾ ਸਿੰਘ ਜੀ। ਤੇ ਪਿਤਾ ਜੀ ਦਾ ਨਾਮ? ਮੱਲਾ ਸਿੰਘ। ਤੇ ਦਾਦਾ ਜੀ ਦਾ? ਦਾਦਾ ਚੰਬਾ ਸਿੰਘ। ਠੀਕ ਠੀਕ ਠੀਕ। ਤੇ ਉਮਰ ਕਿੰਨੀ ਹੋ ਗਈ ਤੁਹਾਡੀ? ਉਮਰ ਤਾਂ ਮੇਰੀ ਵਾਹਵਾ ਹੋ ਗਈ ਹੈ। ਕਿੰਨੀ ਕੁ ਫਿਰ ਵੀ? 87 ਸਾਲ। 80 ਸਾਲ ਦੇ ਕਰੀਬ। ਤੇ ਜਦੋਂ ਪੰਜਾਬ ਦੀ ਵੰਡ ਹੋਈ ਹੈ 1947 ਦੇ ਵਿੱਚ, ਉਦੋਂ ਕਿੰਨੀ ਕੁ ਉਮਰ ਸੀ ਤੁਹਾਡੀ? ਉਦੋਂ ਮੇਰੀ 18 ਸਾਲ। 18 ਸਾਲ, ਠੀਕ ਠੀਕ ਠੀਕ। ਫਿਰ ਤਾਂ ਕਾਫੀ ਹੋਸ਼ ਹੋਣੀ ਹੈ ਉਸ ਵੇਲੇ ਦੀ। ਹੋਰ, ਮੈਨੂੰ ਸਾਰਾ ਪਤਾ ਹੈ। ਠੀਕ ਠੀਕ ਠੀਕ। ਤੋਂ ਆਪਣਾ ਪਿੰਡ ਕਿਹੜਾ ਸੀ ਉੱਧਰ? ਜਾਗੂ ਵਾਲਾ। ਇਹ ਕਿੱਥੇ ਪਿੰਡ ਹੈ? ਉਹ ਹੈਗਾ ਪੱਤੋ ਤੋਂ ਇੱਧਰ ਦੱਖਣ ਦੇ ਦਾਂਏ ਇੱਧਰ ਨੂੰ। ਆਪਣਾ ਤਹਿਸੀਲ ਕਿਹੜੀ ਸੀ? ਝੂਣੀ। ਝੂਣੀ, ਲਾਹੌਰ ਜ਼ਿਲ੍ਹੇ 'ਚ? ਹਾਂ, ਲਾਹੌਰ ਜ਼ਿਲ੍ਹਾ। ਠੀਕ ਠੀਕ ਠੀਕ। ਅਤੇ ਜਿਸ ਵੇਲੇ ਆਪਣਾ ਪੰਜਾਬ ਦੀ ਵੰਡ ਹੋਈ ਹੈ, ਉਸ ਵੇਲੇ ਆਪਣਾ ਪਰਿਵਾਰ ਦੇ ਕਿਹੜੇ ਕਿਹੜੇ ਮੈਂਬਰ ਸੀ? ਕੌਣ ਕੌਣ ਰਹਿੰਦਾ ਹੁੰਦਾ ਸੀ ਉੱਥੇ? ਸਾਰੇ ਮੇਰੇ ਭਰਾ ਵੱਡੇ ਸਾਰੇ ਹੀ ਸੀ, ਮੈਂ ਛੋਟਾ ਹੈਗਾ ਨਿੱਕਾ ਜਿਹਾ। ਠੀਕ ਠੀਕ। ਅਤੇ ਨਾਮ ਦੱਸ ਸਕਦੇ ਉਹਨਾਂ ਦੇ? ਆਹੋ, ਹਾਂਜੀ ਹਾਂਜੀ, ਦੱਸੋ। ਪ੍ਰੇਮ ਸਿੰਘ। ਅੱਛਾ ਜੀ। ਮੱਘਰ ਸਿੰਘ ਵੱਡਾ, ਸਭ ਤੋਂ ਵੱਡਾ ਮੱਘਰ ਸਿੰਘ। ਉਦੋਂ ਛੋਟਾ ਪ੍ਰੇਮ ਸਿੰਘ, ਉਦੋਂ ਛੋਟਾ ਸੋਹਣ ਸਿੰਘ। ਠੀਕ ਠੀਕ। ਹੈਂ, ਉਦੋਂ ਛੋਟਾ ਮੋਹਨ ਸਿੰਘ, ਉਦੋਂ ਛੋਟਾ ਗੁਰਦਾਸਾ ਸਿੰਘ, ਉਦੋਂ ਛੋਟਾ ਅਰਦਿਆਲ ਸਿੰਘ, ਉਦੋਂ ਛੋਟਾ ਫੌਜਾ ਸਿੰਘ। ਠੀਕ ਠੀਕ ਠੀਕ। ਤੇ ਤੁਸੀਂ ਸਭ ਤੋਂ ਛੋਟੇ ਸੀ ਤੁਸੀਂ? ਮੈਂ ਸਭ ਤੋਂ ਛੋਟਾ। ਪਿੰਡਾਂ ਦਾ ਤਾਂ ਕਨਾਲ ਪੂਰੀ ਸੀ ਨਾ। ਅੱਛਾ। ਕਨਾਲ ਪੂਰੀ ਸੀ, ਲੰਮੀ ਖੁਰਲੀ ਸੀ ਡੰਗਰਾਂ ਦੀ, ਅਤੇ ਇਸ ਮਾਣੇ ਮੇਰੇ ਮਾਮਿਆਂ ਦਾ ਘਰ ਸੀ ਅਤੇ ਇਸ ਮਾਣੇ ਸਾਡਾ ਸੀ। ਅੱਛਾ ਅੱਛਾ। ਹੈਂ, ਸਾਡਾ ਗਲੀ ਵੱਲੇ ਸੀ ਬੂਆ, ਉਹਨਾਂ ਦਾ ਦੂਜੀ ਗਲੀ ਵੱਲੇ ਬੂਆ ਸੀ। ਠੀਕ ਠੀਕ। ਹਾਂ, ਜਿਹੜੀ ਪਿੰਡ ਦੇ ਵਿੱਚ ਗਲੀ ਜਾਂਦੀ ਸੀ। ਇਹ ਜਗ੍ਹਾ ਸਾਰੀ ਕਿੰਨੀ ਸੀ? ਇਹ ਫੌਜਾ ਸਿੰਘ ਦੀ ਜਗ੍ਹਾ ਸੀ। ਅੱਛਾ, ਇੱਥੇ ਫੌਜਾ ਸਿੰਘ ਦਾ ਘਰ ਹੁੰਦਾ ਸੀ? ਘਰ ਸੀ ਇੱਥੇ, ਸਾਰੀ ਜਗ੍ਹਾ ਉਮਰ ਸੀ ਇੱਧਰਲੇ ਪਾਸੇ ਦੀ। ਇਹ ਜਗ੍ਹਾ ਹੈ, ਇਹ ਇੱਕ ਸੁਨਿਆਰਾ ਸੀ। ਅੱਛਾ, ਉਸ ਉਦੋਂ? ਹਾਂਜੀ, ਉਹਦਾ ਹੁੰਦਾ ਸੀ ਜਗ੍ਹਾ ਸੀ। ਇੱਥੇ ਚਬਾਰਾ ਚੁਬਰਾ ਬਣਿਆ ਸੀ ਬੜਾ ਅੱਛਾ ਨਾਲ। ਇੱਥੇ ਵੀ ਉਹਦਾ ਸੋਨਾ ਸੋਨਾ ਨਿਕਲਿਆ ਸੀ, ਜਿਹੜੇ ਰਹਿ ਜਾਣਾ ਸੀ ਮੌਕੇ 'ਤੇ ਉਹਨਾਂ ਨੇ ਕੱਢ ਕੁੱਟ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣੋ ਅਤੇ ਭਰਾਓ, ਮੈਂ ਤੁਹਾਨੂੰ ਆਪਦੀ ਹੱਡ ਬੀਤੀ ਦੀ ਕੋਈ ਇੱਕ ਗੱਲ ਸੁਣਾਉਣ ਲੱਗਾ ਹਾਂ। ਮੇਰਾ ਪਿੰਡ ਪਿਆਰਿਆਂ, ਤਹਿਸੀਲ ਅਤੇ ਜ਼ਿਲ੍ਹਾ ਫਿਰੋਜ਼ਪੁਰ, ਮੋਗਾ, ਫਿਰੋਜ਼ਪੁਰ ਮੋਗਾ ਰੋਡ 'ਤੇ 10-12 ਕਿਲੋਮੀਟਰ ਫਿਰੋਜ਼ਪੁਰ ਤੋਂ ਮੋਗਾ ਸਾਈਡ 'ਤੇ ਹੈ। ਅਤੇ ਇਸ ਪਿੰਡ ਦੇ ਵਿੱਚ ਮੇਰਾ ਬਾਲ ਬੱਚਾ, ਮੇਰੇ ਪਿਓ ਦਾਦੇ ਸਭ ਇਸੇ 'ਚ ਵੱਸਦੇ ਨੇ। ਅਤੇ ਮੈਂ ਪਿੱਛੋਂ ਲਹਿੰਦੇ ਪਾਕਿਸਤਾਨ ਦੇ ਵਿੱਚੋਂ ਪਿੰਡ ਜਾਗੂਵਾਲਾ, ਚੱਕ ਨੰਬਰ 4, ਤਹਿਸੀਲ ਚੂਣੀ, ਪੱਤੋ ਦੇ ਕੋਲ ਲਾਹੌਰ ਦੇ ਰਹਿਣ ਵਾਲੇ ਸੀ। ਮੇਰੇ ਪਿਤਾ ਜੀ ਦਾ ਨਾਂ ਸਰਦਾਰ ਸੋਹਣ ਸਿੰਘ, ਉਹਨਾਂ ਦੇ ਪਿਤਾ ਜੀ ਦਾ ਨਾਂ ਸਰਦਾਰ ਮੱਲਾ ਸਿੰਘ। ਅਸੀਂ ਪਹਿਲੋਂ ਵਸਨੀਕ ਜਾਗੂਵਾਲੇ ਦੇ ਵਿੱਚ ਰਹਿੰਦੇ ਰਹੇ ਹਾਂ। ਉਸ ਤੋਂ ਬਾਅਦ ਅਸੀਂ ਪਿੰਡ ਸੁਜਾਨ ਸਿੰਘ ਵਾਲਾ ਅਤੇ ਪਿੰਡ ਜਾਗੂਵਾਲੇ ਦੇ 3 ਗੁਰਦੁਆਰੇ, ਇੱਕ ਮਹੰਤਾ ਦਾ ਗੁਰਦੁਆਰਾ, ਇੱਕ ਜੋਤ ਸਿੰਘ ਦੀ ਪੱਤੀ ਦਾ ਗੁਰਦੁਆਰਾ, ਇੱਕ ਜਾਗੂਵਾਲਾ ਪੱਤੀ ਦਾ ਗੁਰਦੁਆਰਾ ਸੀ। ਇੱਕ ਰੋਡਾ ਸਿੰਘ ਦਾ ਖੂਬ ਮਸ਼ਹੂਰ ਸੀਗਾ ਉੱਥੇ। ਅਤੇ ਆਪਣਾ ਜਿਹੜਾ ਪਿੰਡ ਸੀ, ਕਿੰਨਾ ਕੁ ਵੱਡਾ ਪਿੰਡ ਸੀ ਉਹ? ਪਿੰਡ ਸਾਡਾ 2 ਮਰੱਬਿਆਂ 'ਚ, ਠੀਕ, ਬੜਾ ਤਕੜਾ ਪਿੰਡ ਸੀ ਸ਼ਹਿਰ ਜਿੱਡਾ। ਐਂ ਵੱਡੇ ਵੱਡੇ ਬਾਜ਼ਾਰ ਸੀ। ਠੀਕ ਠੀਕ। ਅਤੇ ਬਹੁ ਗਿਣਤੀ ਕਿੰਨਾ ਦੀ ਸੀ? ਬਹੁਤੇ ਕੌਣ ਸੀ ਉੱਥੇ? ਸਿੱਖ ਸੀ ਜਾਂ ਮੁਸਲਮਾਨ? ਆਪਣੇ ਸਰਦਾਰ ਹੀ ਸੀ, ਜੇ ਜਾਂ ਬੌਰੀਏ ਸੀ ਥੋੜ੍ਹੀ ਇੱਕ ਬਸਤੀ, ਇੱਕ ਇੱਕ ਗੁੱਟ 'ਤੇ, ਅਤੇ ਬਾਕੀ ਦਿਨ ਲੈਂਦੇ ਵੱਲੇ ਸਾਰੇ ਚੂੜੇ ਸੀ, ਜਿਹਨਾਂ ਨੂੰ ਆਪਾਂ ਚੂੜੇ ਬੋਲਦੇ ਹਾਂ। ਠੀਕ ਠੀਕ। ਹੈਂ, ਉਹ ਸੀ ਉਹਦੀ ਬਸਤੀ ਬਾਬਾ ਤਗੜੀ ਸੀ, ਦਿਨ ਲੈਂਦੇ ਵੱਲੇ ਪਿੰਡ ਦੇ ਨਾਲ, ਪਿੰਡ ਦੇ ਵਿੱਚ ਹੀ। ਅੱਛਾ, ਮਤਲਬ ਕਿ ਹੈ ਸਾਰੇ ਧਰਮਾਂ ਦੇ ਲੋਕ ਸਨ, ਸਿੱਖ ਬਹੁਤੇ ਸਨ? ਆਪਣੇ ਉਹਦੇ ਹੀ ਸੀ ਜਿੰਨੇ ਹੈਗੇ। ਅੱਛਾ, ਅਤੇ ਆਪਣੇ ਪਿੰਡ ਦੇ ਵਿੱਚ ਉਸ ਵੇਲੇ ਗੁਰਦੁਆਰੇ ਹੈਗੇ ਸੀ? ਹਾਂ,
ਨਾ ਮੇਰਾ ਵੱਡਾ ਭਰਾ ਗੁਰਦੁਆਰੇ ਦਾ ਭਾਈ ਸੀ। ਅੱਛਾ, ਇੱਕੋ ਗੁਰਦੁਆਰਾ ਸੀ? ਨਹੀਂ, ਹਾਂ ਗੁਰਦੁਆਰੇ ਗਏ ਸੀ ਤਿੰਨ। ਤਿੰਨ? ਅੱਛਾ। ਅਤੇ ਇੱਕ ਤਾਂ ਮਹੰਤਾਂ ਦਾ, ਹਾਂਜੀ ਬਾਬੇ ਸੁੰਦਰ ਸਿੰਘ ਦਾ, ਇੱਕ ਇਹ ਸਾਡੇ ਵਾਲਾ, ਦੋ ਅਤੇ ਇੱਕ ਤਾਂ ਯਾਰ ਹੋਰ ਕਿਹੜਾ ਸੀ ਉਹ ਭੁੱਲ ਗਿਆ ਮੈਨੂੰ। ਅੱਛਾ, ਅਤੇ ਤੁਹਾਨੂੰ ਇੰਨਾ ਚੇਤਾ ਪਿੰਡ 'ਚ ਕਿਹੜੇ ਪਾਸੇ ਹੁੰਦੇ ਸੀ ਗੁਰਦੁਆਰੇ? ਸਾਡਾ ਤਾਂ ਹੈਗਾ ਸਾਈ ਗੁਰਦੁਆਰਾ ਵਿਚਕਾਰ ਪਿੰਡ ਦੇ। ਅੱਛਾ ਜੀ। ਜਿੱਥੇ ਮੇਰਾ ਭਰਾ ਵੱਡਾ ਪੜ੍ਹਦਾ ਹੈ। ਕੀ ਨਾਮ ਸੀ ਉਹਨਾਂ ਦਾ? ਪ੍ਰੇਮ ਸਿੰਘ। ਅੱਛਾ ਅੱਛਾ, ਹੈਂ ਠੀਕ। ਅਤੇ ਬਾਕੀ ਜਿਹੜਾ ਸੀ ਨਾ ਉਹ ਮੇਰੇ ਇੱਧਰ ਚਾਚੇ ਸੀ ਦਿਨ ਲਹਿੰਦੇ ਵੱਲੇ, ਪਿੰਡ ਦੇ ਲਹਿੰਦੇ ਵਾਲੇ ਦਾ, ਉਹ ਉਹਨਾਂ ਦੇ ਘਰ ਇੱਧਰ ਸੀ, ਉਹ ਗੁਰਦੁਆਰਾ ਉੱਥੇ ਸੀ ਉਹਨਾਂ ਕੋਲ। ਮਸਜਿਦ ਤਮੀਰ ਕਰ ਦਿੱਤੀ, ਬਾਅਦ ਚ ਮਸਜਿਦ ਤਮੀਰ ਕਰ ਦਿੱਤੀ ਜੀ। ਇਹ ਜਿਹੜਾ ਗੁਰਦੁਆਰਾ ਬਣਾਇਆ ਸੀ ਇਹਨਾਂ ਨੇ, ਇਹ ਬੜਾ ਬਿਹਤਰੀਨ ਬਣਾਇਆ ਸੀ। ਇਹਦੇ 12 ਦਰਵਾਜ਼ੇ ਸੀ, 4 ਛਫੇਰੇ, ਮਤਲਬ 3-3 ਦਰਵਾਜ਼ੇ ਹਰ ਸਾਈਡ ਦੇ, ਪਾਸੇ ਪਾਸੇ ਬਰਾਮਦਾ ਸੀ। ਇਹਦੇ ਨਾਲ ਇਹਨਾਂ ਦਾ ਪਾਣੀ ਵਾਲਾ ਤਲਾਅ ਹੁੰਦਾ ਸੀ, ਇੱਥੇ ਉਹ ਨਹਾਉਂਦੇ ਵੀ ਸੀ, ਪਾਣੀ ਨਹਿਰ ਦਾ ਉਹਦਾ ਮਨਜ਼ੂਰ ਸੀ। ਸਰੋਵਰ ਹੁੰਦਾ ਸੀ ਮਤਲਬ ਗੁਰਦੁਆਰੇ ਸਾਹਿਬ ਦਾ, ਇਹ ਸਰੋਵਰ ਦੀ ਸਾਰੀ ਜਗ੍ਹਾ ਬਿਲਕੁਲ ਇਸਦੇ ਸਾਹਮਣੇ ਉਹ ਬਿਲਡਿੰਗ ਜਿੱਥੇ ਮੀਨਾਰ ਨਜ਼ਰ ਆ ਰਿਹਾ ਉਹ ਗੁਰਦੁਆਰਾ ਸਾਹਿਬ ਹੁੰਦਾ ਸੀ, ਪਰ ਹੁਣ ਉੱਥੇ ਮਸਜਿਦ ਬਣ ਗਈ ਹੈ ਔਰ ਇਸਦੇ ਬਿਲਕੁਲ ਨਾਲ ਸਕੂਲ ਹੈ, ਇਸਦੇ ਪਿੱਛੇ ਪੁਰਾਣੀ ਬਿਲਡਿੰਗ। ਅਤੇ ਮਸੀਤ ਵੀ ਸੀ ਪਿੰਡ 'ਚ ਕੋਈ? ਹਾਂ ਮਸੀਤ ਹੈਗੀ। ਕਿੰਨੀਆਂ ਸਨ? ਇੱਕ। ਅੱਛਾ, ਉਹ ਕਿਹੜੇ ਪਾਸੇ ਸੀ? ਇਹ ਨਹੀਂ ਪਤਾ ਮੈਨੂੰ, ਰਹਿ ਗਿਆ ਮੈਂ ਤੈਨੂੰ ਝੂਠ ਨਹੀਂ ਬੋਲਦਾ, ਇਹੀ ਜ਼ਰੂਰ ਸੀ। ਠੀਕ ਠੀਕ। ਮਸਜਿਦ ਅਸਲ ਇਸ ਪਿੰਡ ਦੀ ਤਾਰੀਖੀ ਮਸਜਿਦ ਇਹੀ ਹੈ ਬਾਅਦ, ਜਿਹੜੀ ਪੁਰਾਣੀ ਮਸਜਿਦ ਇਹੀ ਹੈ, ਜਿਹੜੀ ਗੁਰਦੁਆਰੇ ਵਾਲੀ ਮਸਜਿਦ ਹੈ ਤੇ ਉਧਰ ਬੋੜਾ ਵਾਲੀ ਮਸਜਿਦ, ਇਹ ਦੁਬਾਰਾ ਬਾਅਦ ਚ ਮੀਟ ਕੀਤੀਆਂ ਗਈਆਂ ਨੇ। ਜਿਹੜਾ ਸਰਦਾਰ ਇਸ ਸਿੰਘ ਹੈ ਉਹਦੇ ਨਾਂ 'ਤੇ ਇੱਕ ਝਲਾਰ ਅਜੇ ਚੱਲਦੀ ਹੈ, ਸਰਦਾਰ ਇਸ ਸਿੰਘ ਦੇ ਨਾਂ ਦੀ ਉਹਦਾ ਰਕਬਾ ਸੀ ਉੱਥੇ, ਪਿੰਡ ਦੇ ਪਾਸੇ ਵੀ ਉਹਦਾ ਰਕਬਾ ਸੀ, ਉੱਥੇ ਵੀ ਰਕਬਾ ਆਉਂਦਾ ਸੀ। ਉਹ ਜੀ ਵੀ ਜਿਹੜੀ ਸਰਦਾਰ ਗਿਲਨ ਦੇ ਆਪਣੇ ਆਦਮ ਦੇ ਨਜ਼ਦੀਕ ਬੋਲੇ ਨਹਿਰ ਦਾ ਉਸ ਦੇ ਜਿਹੜੀ ਝਲਾਰ ਹੈ ਉਹ ਸਰਦਾਰ ਈਸਰ ਸਿੰਘ ਅਜੇ ਵੀ ਮਤਲਬ ਈਸਰ ਸਿੰਘ ਦੇ ਨਾਮ ਤੋਂ ਜਾਣੀ ਜਾਂਦੀ। ਅੱਛਾ ਅੱਛਾ। ਆਪਣਾ ਸਕੂਲ ਸੀ ਕੋਈ? ਹਾਂ ਸਕੂਲ ਵੀ ਹੈ ਸੀ, ਸਕੂਲ ਬੜਾ ਤਕੜਾ ਸੀ। ਅੱਛਾ, ਲੈ ਸਾਰੇ ਪੜ੍ਹਦੇ ਸੀ ਜਵਾਕ। ਕਿਹੜੀ ਜਮਾਤ ਤੱਕ ਸੀ? ਪੰਜਵੀਂ ਦਾ। ਅੱਛਾ ਅੱਛਾ, ਠੀਕ ਹੈ। ਕੁਛ ਤਾਂ ਗੁਰਦੁਆਰੇ ਬਹਿੰਦੇ ਸੀ ਬਾਲ, ਹਾਂਜੀ, ਕੁਛ ਸਕੂਲ 'ਚ ਜਾਂਦੇ ਸੀ। ਠੀਕ ਠੀਕ ਠੀਕ। ਸਾਰੀ ਬਿਲਡਿੰਗ ਚਾਤੀ ਨਵੀਂ ਹੈ, ਨਵੀਂ ਬਣ ਗਈ ਸਾਰੀ ਬਿਲਡਿੰਗ, ਨਵੀਂ ਬਣ ਗਈ ਦੁਬਾਰਾ। ਅੱਛਾ ਅੱਛਾ। ਇਹ ਸਕੂਲ 1906 ਚ ਬਣਾ ਸੀ? 1906 ਚ ਸਕੂਲ ਬਣਿਆ। ਅੱਛਾ। ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਬਾਕੀ ਦੇ ਦੂਜੇ ਮਜ਼ਹਬਾਂ ਦੇ ਲੋਕ ਸਨ, ਹਿੰਦੂ ਮੁਸਲਮਾਨ ਸਨ, ਉਹ ਥੋੜੇ ਥੋੜੇ ਸਨ ਗਿਣਤੀ ਦੇ ਵਿੱਚ, ਸਿੱਖ ਬਹੁਤੇ ਸਨ। ਹਾਂ ਸਿੱਖ ਬਹੁਤੇ। ਤੇ ਆਪਸ ਦੇ ਵਿੱਚ ਕਿਵੇਂ ਰਹਿੰਦੇ ਹੁੰਦੇ ਸੀ ਇਹ? ਬੜੇ ਵਧੀਆ, ਵਿਆਹ ਸ਼ਾਦੀ ਦੇ ਵਿੱਚ ਇਕੱਠੇ ਐਨ, ਸਾਰਾ ਇੱਕ ਦੂਜੇ ਦਾ ਸਾਰਾ ਕੰਮ ਕਰਨਾ, ਸਾਰਾ ਅੱਗੇ ਲੱਗ ਕੇ। ਅੱਛਾ। ਬਿਲਕੁਲ ਕੋਈ ਲੜਾਈ ਨਹੀਂ ਸੀ, ਬਿਲਕੁਲ ਵੀ ਸਾਡੇ ਪਿੰਡ ਵਿੱਚ ਲੜਾਈ ਕੋਈ ਸੀ, ਬਿਲਕੁਲ ਮੈਨੂੰ ਪਤਾ। ਹਾਂ, ਆਪਾਂ ਝੂਠ ਨਹੀਂ ਬੋਲਦੇ, ਜਿੰਨਾ ਮੈਨੂੰ ਪਤਾ ਮੈਂ ਉਹਨਾਂ ਦੱਸਾਂਗਾ। ਅੱਛਾ ਜੀ।
ਤੇ ਸਾਰੇ ਆਪਸ ਚ ਪਿਆਰ ਮੁਹੱਬਤ ਨਾਲ ਜਾਂਦੇ ਬੜੇ ਪਿਆਰ ਨਾਲ ਐਨ ਚਾਚੇ ਤਾਏ ਸਾਰੇ ਰਲੇ ਮਿਲੇ ਕਿਸੇ ਨੂੰ ਮਾਮਾ ਕਿਸੇ ਨੂੰ ਫੁੱਫੀ ਕਿਸੇ ਨੂੰ ਕੁਛ ਸਾਰਾ ਸੱਦੀ ਸੀ ਠੀਕ ਹੈ ਜਿਹੜੀਆਂ ਭੈਣਾਂ ਮਾਵਾਂ ਸੀ ਉਹਨਾਂ ਨੂੰ ਕੋਈ ਭੈਣ ਸੀ ਕੋਈ ਮਾਮੀ ਸੀ ਕੋਈ ਸੁਖੀ ਸੀ ਐਵੇਂ ਕਰਕੇ ਸਾਰੇ ਰਲ ਕੇ ਤਾਂ ਵੱਸਦੇ ਹਾਂ ਪੈ ਭੈੜਿਆ ਬਿਲਕੁਲ ਇੱਕੇ ਥਾਂ ਹੀ ਜਿਵੇਂ ਹੁੰਦੇ ਹਾਂ ਕਿਉਂਕਿ ਆਪੋ ਆਪਣੇ ਘਰਾਂ ਵਾਲੇ ਸਾਂ ਠੀਕ ਹਾਂ ਕਿਸੇ ਨੂੰ ਚਾਚਾ ਆਉਂਦੇ ਹਾਂ ਕਿਸੇ ਨੂੰ ਮਾਮਾ ਆਉਂਦੇ ਹਾਂ ਕਿਸੇ ਨੂੰ ਕੁਛ ਆਉਂਦੇ ਹਾਂ ਅੱਛਾ ਤੇ ਸਿੱਖ ਤੇ ਫਿਰ 47 ਵੇਲੇ ਇੱਧਰ ਆ ਗਏ ਹੋਣੇ ਨੇ ਹਾਂ ਅਸੀਂ ਇਕੱਠੇ ਆ ਜਿਹੜੇ ਦੂਜੇ ਸਨ ਉਹ ਉੱਧਰ ਜਿਹੜੇ ਮੁਸਲਮਾਨ ਰਹਿੰਦੇ ਹੁੰਦੇ ਸਨ ਜਾਂ ਸਹਾਈ ਸਨ ਰਹੇ ਉੱਥੇ ਹੀ ਤੇ ਉਹਨਾਂ 'ਚੋਂ ਕਿਸੇ ਦੇ ਨਾਮ ਯਾਦ ਨੇ ਤੁਹਾਨੂੰ ਨਾ ਉਹਨਾਂ ਦਾ ਯਾਦ ਨਾ ਉਹਨਾਂ 'ਚ ਦੋ ਬੰਦਿਆਂ ਦੇ ਯਾਦ ਹੈਗੇ ਤਿੰਨਾਂ ਦੇ ਕੌਣ ਕੌਣ ਇੱਕ ਤਾਂ ਹੈਗਾ ਸੂਬਾ ਨਾਈ ਅੱਛਾ ਜੀ ਇੱਕ ਹੈਗਾ ਜੀ ਦੈਦੁੱਲਾ ਚੌਂਕੀਦਾਰ ਪਿੰਡ ਦਾ ਅੱਛਾ ਜੀ ਇੱਕ ਹੈਗਾ ਜੀ ਨਿਜ਼ਾਮਦੀਨ ਨਾਈ ਠੀਕ ਠੀਕ ਬਸ ਤਿੰਨਾਂ ਦੇ ਨਾਂ ਚੇਤਾ ਮੈਨੂੰ ਇਹ ਕਰਦੇ ਕੀ ਹੁੰਦੇ ਸਨ ਨਿਆਮਤ ਅੱਛਾ ਅੱਛਾ ਨਾਈ ਵਾਲਾ ਕੰਮ ਹੀ ਸੀ ਨਾਈਆਂ ਵਾਲਾ ਕੰਮ ਠੀਕ 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 ਜਿਹੜਾ ਨਿਜ਼ਾਮਦੀਨ ਸੀ ਉਹ ਵੱਡਾ ਸੀ ਸਾਰਿਆਂ ਤੋਂ ਅੱਛਾ ਜੀ ਅਤੇ ਸੂਬਾ ਛੋਟਾ ਸੀ ਅਤੇ ਜਿਹੜਾ ਹੈਗਾ ਸੀ ਪਿੰਡ ਦਾ ਚੌਂਕੀਦਾਰ ਉਹ ਹੋਰ ਜਾਦਾ ਸੀ ਅਤੇ ਹੈਗਾ ਚੌਂਕੀਦਾਰ ਸੀ ਠੀਕ ਠੀਕ ਇੱਥੇ ਹੁੰਦਾ ਸੀ ਇਸ ਜਗ੍ਹਾ 'ਤੇ ਇੱਥੇ ਬਾਬਾ ਸੂਬੇ ਦਾ ਘਰ ਜੇ ਉਹ ਬੈਦੁੱਲਾ ਘਰ ਉਹ ਪਿੱਛੇ ਹੁੰਦਾ ਸੀ ਮੌਲਵੀ ਬੈਦੁੱਲਾ ਨਹੀਂ ਝੂਠ ਨਹੀਂ ਬੋਲਦੇ ਮੈਨੂੰ ਸਾਰਾ ਪਤਾ ਹੈ ਬਿਲਕੁਲ ਐਨ ਇੱਕੋ ਵੱਸਦੇ ਹੈ ਇੱਕੇ ਮੁੱਠ ਚ ਭਾਵੇਂ ਮੁਸਲਮਾਨ ਹੈ ਤੇ ਭਾਵੇਂ ਹਿੰਦੂ ਹੈ ਸਾਰੇ ਲੈਣ ਦੇਣ ਐਨ ਬਣਿਆ ਸੀ ਵਧੀਆ ਮੁਸਲਮਾਨ ਰੋਟੀ ਬਣਾਉਂਦੇ ਸੀ ਨਾ ਵਿਆਹ ਸ਼ਾਦੀ ਉਹ ਸੁੱਕੀ ਰੋਟੀ ਹੱਟੀ ਤੇ ਤਲਾ ਦਿੰਦੇ ਸੀ ਤੇ ਆਪਦੇ ਘਰ ਬਣਾ ਲਈਦੀ ਸੀ ਹੈਂ ਤੇ ਜਿਹੜੇ ਆਪਾਂ ਵਿਆਹ ਕਰਦੇ ਸਾਂ ਉਹ ਵਿੱਚ ਬਹਿ ਖਾ ਜਾਂਦੇ ਸੀ ਤੇ ਆਪਸ 'ਚ ਬੜੇ ਪਿਆਰ ਨਾਲ ਹੀ ਬੜੇ ਪਿਆਰ ਨਾਲ ਜੀ ਗੱਲ ਕਰੀ ਹੁਣ ਮੇਰਾ ਜੀ ਐਸਾ ਕਰਦਾ ਪਿਆ ਵੀ ਮੈਂ ਉੱਡ ਕੇ ਉੱਥੇ ਅੱਪੜ ਜਾ ਖੇਰਾ ਧਰਮ ਨਾਲ ਬੜਾ ਜੀ ਕਰਦਾ ਇੰਨੇ ਸਾਲ ਹੋ ਗਏ ਨੇ ਅਤੇ ਵੀ ਮੈਂ ਸਾਰਾ ਰਾਸਾ ਕੁਛ ਵੇਖ ਆਵਾਂ ਮੈਨੂੰ ਗਲੀਆਂ ਦਾ ਨਹੀਂ ਭੁੱਲੇਗੀ ਅੱਛਾ ਹਾਂ ਬਿਲਕੁਲ ਗਲੀਆਂ ਦਾ ਕੀ ਕਿਹੜੀ ਗੱਲ ਬਈ ਜਾਣੇ ਗਲੀਆਂ ਚੌੜੀਆਂ ਸੀ ਚਾਰ ਚਾਰ ਗੱਡਾਂ ਬਰਾਬਰ ਲੰਘ ਜਾਂਦੀਆਂ ਸੀ ਅੱਛਾ ਭਰੀਆਂ ਗੱਡਾਂ ਲੰਘਾ ਲਾ ਸਿੱਧੇ ਬਾਜ਼ਾਰ ਸੀ ਬਿਲਕੁਲ ਸਿੱਧੇ ਬਾਜ਼ਾਰ ਲੈਣਾ ਤੇ ਬੱਜਾ ਸੀ ਪਿੰਡ ਸਾਡਾ ਹਾਂ ਐਵੇਂ ਆਖੀਏ ਸਾਡਾ ਚੜ੍ਹਦੇ ਮਣੇ ਘਰ ਸੀ ਅਤੇ ਮੇਰੇ ਚਾਚਿਆਂ ਦਾ ਲਹਿੰਦੇ ਮਣੇ ਘਰ ਸੀ ਅੱਛਾ ਠੀਕ ਠੀਕ ਤੇ ਬਾਪੂ ਜੀ ਪਿੰਡ 'ਚ ਆਪਣਾ ਖੂਹ ਕਿੰਨੇ ਹੁੰਦੇ ਸੀ ਪਿੰਡ 'ਚ ਆਪਣੇ ਪਿੰਡ 'ਚ ਖੂਹ ਖੂਹ ਦਾ ਯਾਰ ਤੈਨੂੰ ਕੀ ਦੱਸਾਂ ਵੀ ਤੈ ਚਾਰ ਪੰਜ ਖੂਹ ਸੀ ਸਾਰੇ ਖਾਰੇ ਸੀ ਅੱਛਾ ਇੱਕ ਖੂਹ ਮੰਗਲ ਸਿੰਘ ਸੁਨਿਆਰਿਆਂ ਨੇ ਲਾਇਆ ਉਹਦੇ ਘਰ ਧੀ ਪੁੱਤਰ ਕੋਣੀ ਸੁਣਦਾ ਤਾਂ ਉਹਨੇ ਅਰਦਾਸ ਕੀਤੀ ਗੁਰਦੁਆਰੇ ਮੇਰੇ ਭਾਈ ਮੇਰੇ ਭਰਾ ਕੋਲੋਂ ਅਤੇ ਸਾਰੇ ਪਿੰਡ ਦੇ ਬੰਦੇ ਜੁੜ ਕੇ ਜਾਣੇ ਅਰਦਾਸ ਕੀਤੀ ਉਹਦੇ ਘਰ ਮੁੰਡਾ ਜੰਮ ਪਿਆ ਉਹਨੇ ਫਿਰ ਇੱਕ ਖੂਹ ਲਵਾਇਆ ਨਾਰ ਦੇ ਕੋਲ ਅੱਛਾ ਉਹਦਾ ਪਾਣੀ ਮਿੱਠਾ ਨਿਕਲਿਆ ਅੱਛਾ ਸਾਰਾ ਪਿੰਡ ਫਿਰ ਉੱਥੋਂ ਲਿਜਾਂਦਾ ਸੀ ਅਤੇ ਨਾਲ ਧੋਣ ਲਈ ਤਾਂ ਦੂਜੇ ਖੂਹ ਸੀ ਦੂਜਿਆਂ ਖੂਹਾਂ ਦੇ ਪਤਾ ਹੀ ਨਹੀਂ ਵੀ ਹੋਰ ਕਿੰਨੇ ਸੀ ਹਾਂ ਆਪਾਂ ਆਪਣੇ ਬਸਤੀਆਂ ਵਾਲਿਆਂ ਨੇ ਉਹਦੇ ਖੂਹ ਬਣਵਾਏ ਸੀ ਸਾਰਾ ਖਾਰਾ ਹੀ ਪਾਣੀ ਹੈਂ ਅਤੇ ਪਾਣੀ ਫਿਰ ਇੱਥੋਂ ਜਨਾਨੀਆਂ ਲਿਜਾਂਦੀਆਂ ਸੀ ਅਤੇ ਇੱਕ ਅਸੀਂ ਆਪਣੇ ਸਰਦਾਰਾਂ ਦੀ ਖੇਤਰ ਉਹਨਾਂ ਵੀ ਖੂਹ ਲਵਾਈ ਸੀ ਨਿੱਕੀ ਜਿਹੀ ਉਹ ਵੀ ਮਿੱਠਾ ਨਿਕਲਿਆ ਉਹ ਵਿਚਾਰੀਆਂ ਫਿਰ ਉੱਥੋਂ ਲਿਆਉਣੀਆਂ ਆਉਂਦੀਆਂ ਸੀ ਪਾਣੀ ਮੈਨੂੰ ਸਾਰਾ ਪਤਾ ਲਾ ਲੈ ਮੈਨੂੰ ਕੀ ਭੁੱਲ ਲਿਆ ਉੱਥੇ ਵੀ ਉੱਥੇ ਮੇਰੇ ਪੈਰਾਂ ਵਿੱਚ ਰੋਲਦਾ ਪਿਆ ਆ ਇਸ ਵਕਤ ਮੈਂ ਆਉਣਾ ਵੀ ਆਹ ਵੀ ਥਾਂ ਇੱਥੇ ਸੀ ਮੇਰੇ ਮੁਰੱਬੇ ਦੇ ਉੱਥੇ ਬਣੇ ਸੀ ਉਹ ਖੂਹ ਜਿਹੜਾ ਸਾਡੇ ਕੋਲ ਮੁਰੱਬਾ ਸੀ ਨਾ ਮੇਰੇ ਭਰਾਵਾਂ ਕੋਲ ਉਹਦੇ ਉੱਥੇ ਬਣੇ ਜਿਹੜਾ ਮੁਰੱਬਾ ਸੀ ਨਾ ਉਹਦੇ 'ਚ ਸੀ ਖੂਹ ਬੋਰਡ ਕਿੰਨੇ ਸੀ ਪਿੰਡ 'ਚ ਬੋਰਡ ਵੱਡਾ ਪਿੰਡ ਸੀ ਵਿਚਕਾਰ ਪਿੰਡ ਦੇ ਵੱਡਾ ਬੋਰਡ ਸੀ ਬੜਾ ਡਬਲ ਸੀ ਉਹਦਾ ਖੱਗਾ ਬੜਾ ਵੱਡਾ ਅਤੇ ਉਹਨੂੰ ਖਾਲ ਭਰਿਓ ਖਾਲ 'ਚੋਂ ਲਿਆਉਂਦੇ ਸਾਂ ਨਾਲੀ ਅਤੇ ਉਹ ਉਹਨੂੰ ਭਰਾ ਛੱਡਦੇ ਸਾਂ ਪਾਣੀ ਨਾਲ ਉਹ ਸਾਡਾ ਜਿਹੜਾ ਗੁਰਦੁਆਰਾ ਮੇਰਾ ਭਾਊ ਆਉਂਦਾ ਸੀ ਨਾ ਉਹਦੇ ਗੁਰਦੁਆਰੇ ਬੂਹੇ ਅੱਗੋਂ ਲੰਘਦਾ ਸੀ
ਜੰਮਾ ਵੀ ਉੱਥੇ ਹੀ ਰਹਿੰਦਾ ਸਾਂ, ਕੋਲ ਹੱਟੀਆਂ ਸੀ, ਐਂ ਬਾਲੀ ਖੱਤਰੀ ਦੀ, ਭੋਲੂ ਦੀ, ਐਂ ਸਾਰਿਆਂ ਦੀਆਂ ਹੱਟੀਆਂ ਉੱਥੇ ਹੀ ਸੀ। ਮੱਖਣ ਖੱਤਰੀ ਦੀ ਹੱਟੀ ਸਾਰੀਆਂ ਉੱਥੇ ਚੌਂਕ ਦੇ ਵਿੱਚ ਹੀ ਸੀ। ਆਹੋ ਉੱਥੇ ਹੀ ਸੌਦਾ ਲੈਣੇ, ਉੱਥੇ ਹੀ ਆਉਣਾ, ਮੇਰੀ ਭਾਬੀ ਨੇ ਕਲਨਾ ਤੇ ਮੈਂ ਭੱਜ ਕੇ ਸੌਦਾ ਲੈ ਆਉਣਾ। ਹਾਂ ਗੱਲਾਂ ਸਾਰੀਆਂ ਚੇਤੇ ਹੁੰਦੀਆਂ ਨੇ, ਹੋਰ ਕੀ ਗੱਲਾਂ ਵੀਰ, ਮੈਨੂੰ ਬੜੀਆਂ ਚੇਤੇ ਆ ਰਹੀਆਂ ਨੇ, ਪਰ ਹੁਣ ਕਰੀਏ ਕੀ, ਜਾਈਏ ਕਿਵੇਂ? ਹੈਂ, ਨਾ ਚਾਹੁੰਦਿਆਂ ਵੀ ਵੱਖ ਕਰਤਾ ਸਾਨੂੰ ਆਪਣੀਆਂ ਜ਼ਮੀਨਾਂ ਤੋਂ। ਬਿਲਕੁਲ, ਉਵੇਂ ਮੇਰੇ ਕਿੱਲੇ ਵੀ ਦਿਸਦੇ ਨੇ, ਮੇਰੇ ਅੱਗੇ ਉਵੇਂ ਹੀ ਸਾਰਾ ਸਭ ਕੁਝ ਦਿਸਦਾ ਪਿਆ। ਵਿਖਾਉਣ ਲਈ ਆਹ ਮੇਰੇ ਚਾਚੇ ਦਾ ਸੀ, ਜਾਂ ਮੇਰੇ ਭਰਾ ਦਾ ਸੀ, ਜਾਂ ਮੇਰੇ ਤਾਏ ਦਾ ਸੀ, ਉਵੇਂ ਕਿੱਲੇ ਵੱਖੋ ਵੱਖ ਵੰਡਿਆ ਸੀ ਨਾ ਮੁਰੱਬਾ। ਹਾਂਜੀ ਹਾਂਜੀ, ਠੀਕ ਠੀਕ ਠੀਕ। ਉਸ ਤੋਂ ਬਾਅਦ ਅਸੀਂ ਕੁਛ ਟਾਈਮ ਸੁਜਾਨ ਸਿੰਘ ਵਾਲਾ ਪਿੰਡ ਚੂਣੀ ਦੇ ਕੋਲ ਨਾ, ਉੱਥੇ ਦੂਜੇ ਕੱਚੀ ਕੋਠੀ ਦੇ ਕੋਲ ਉੱਥੇ ਜਾ ਕੇ ਵੱਸੇ। ਉੱਥੇ ਅਸੀਂ ਜਦੋਂ ਪਾਕਿਸਤਾਨ ਅਤੇ ਹਿੰਦੁਸਤਾਨ ਬਣਿਆ ਉਦੋਂ ਅਸੀਂ ਉੱਥੋਂ ਆਏ ਹਾਂ। ਉੱਥੇ ਸ਼ਾਬਦੀਨ ਲੰਬਰਦਾਰ, ਜਿਹੜਾ ਕਿ ਮੇਰੇ ਚਾਚੇ ਮੋਹਨ ਸਿੰਘ ਦਾ ਬੜਾ ਪਗਭਟ ਭਰਾ ਬਣਿਆ ਹੋਇਆ ਸੀਗਾ, ਉਹ ਸਾਨੂੰ ਹਿੰਦੂਆਂ ਦੇ ਕਾਫਲੇ ਦੇ ਵਿੱਚ ਰਲਾ ਕੇ ਗਿਆ ਅਤੇ ਬਹੁਤ ਹੀ ਅਸੀਂ ਸੋਹਣੇ ਸੁਚੱਜੇ ਢੰਗ ਨਾਲ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਨਾਲ ਰਹਿੰਦੇ ਰਹੇ ਹਾਂ। ਉਹ ਸਾਡੇ ਨਾਲ ਵਿਚਰਦੇ ਰਹੇ ਨੇ, ਅਸੀਂ ਉਹਨਾਂ ਨਾਲ ਵਿਚਰਦੇ ਰਹੇ ਹਾਂ। Thank you.
ਆਪਣਾ ਬਾਪੂ ਜੀ ਫਿਰ ਜਦੋਂ 47 ਦੇ ਵਿੱਚ ਵੰਡ ਹੋਈ ਹੈ ਤੇ ਵੰਡ ਵੇਲੇ ਫਿਰ ਜਦੋਂ ਸਿੱਖਾਂ ਨੂੰ ਇੱਧਰ ਆਉਣਾ ਪਿਆ, ਇੱਧਰ ਮੁਸਲਮਾਨਾਂ ਨੂੰ ਉੱਧਰ ਜਾਣਾ ਪਿਆ, ਤੇ ਜਦੋਂ ਤੁਸੀਂ ਉੱਧਰ ਆਏ ਹੋ ਤੇ ਆਪਣਾ ਆਰਾਮ ਨਾਲ ਹੀ ਸੁੱਖ ਸ਼ਾਂਤੀ ਨਾਲ ਹੀ ਆ ਗਏ ਜਾਂ ਕੁਛ ਉੱਥੇ ਗਲਤ? ਅਸੀਂ ਬੜੇ ਪ੍ਰੇਮ ਨਾਲ ਆਇਆ, ਉਹਦੇ 4 ਬਲਦ ਲਿਆਂਦੇ ਆ, ਹਾਂਜੀ, 2 ਅੱਗੇ ਜੋਲ ਹੈ ਤੇ 2 ਮੋਢੀ ਜੋਲ ਹੈ, ਠੀਕ, ਤੇ ਨਿੱਕੇ ਨਿੱਕੇ ਮੇਰੇ ਭਤੀਜਿਆਂ ਭਤੀਜੇ ਸੀ ਉੱਤੇ ਬਾਲਿਆ, ਮੇਰੀ ਮਾਂ ਵੱਡੀ ਸੀ ਉਹ ਉਹਨੂੰ ਬਾਲਿਆ, ਸੋਤਾਂ ਰੱਖ ਲਈਆਂ, 2 ਬੋਰੀਆਂ ਦਾਣਿਆਂ ਦੀਆਂ ਰੱਖ ਲਈਆਂ, ਉਹ ਅਸੀਂ ਫਿਰ ਕਾਫਲੇ ਦੇ ਨਾਲ ਲੈ ਆਏ, ਠੀਕ, 4 ਬਲਦ ਲੈ ਆਏ ਇੱਧਰ ਤੇ ਗੱਡਾ ਆ ਗਿਆ, ਹੈਂ, ਆਹ ਪਿਆਰੇ ਆਣੇ, ਠੀਕ, ਅਤੇ ਆਪਣਾ ਮਤਲਬ ਕਿ ਸੁੱਖ ਸ਼ਾਂਤੀ ਨਾਲ ਹੀ ਆਏ, ਕੋਈ ਦਿੱਕਤ ਨਹੀਂ ਹੋਈ? ਬਿਲਕੁਲ, ਉਂਝ ਰਾਜ ਪੈਂਦੇ ਆਏ ਨੇ, ਹਾਂ, ਅਤੇ 1-2 ਥਾਵਾਂ 'ਤੇ ਪਏ ਸੀ, ਪਰ ਸਾਡੀ ਜਿਹੜਾ ਸਾਡਾ ਕਾਫਲਾ ਸੀ ਨਾ, ਇਹਦੇ ਵਿੱਚ ਕੁਛ ਨਹੀਂ ਹੋਇਆ, ਬਿਲਕੁਲ ਵੀ, ਸਾਡਾ ਕਾਫਲਾ 9 ਮੀਲ ਲੰਮਾ ਸੀ। ਅੱਛਾ ਜੀ, ਹਾਂ, ਬਹੁਤ ਮਤਲਬ ਕਾਫੀ ਗਿਣਤੀ ਸੀ, ਹੋਰ ਵੀ ਲੋਕ ਇਕੱਠੇ ਆਏ ਸੀ। ਲਾਲਾ ਤੈਨੂੰ ਝੂਠ ਨਹੀਂ ਬੋਲਦਾ, ਮੈਨੂੰ ਸਾਰਾ ਪਤਾ ਹੈ, ਮੈਨੂੰ ਕੀ ਭੁੱਲੇ, ਹਾਂਜੀ ਹਾਂਜੀ, ਮੇਰੇ ਤਾਂ ਦਿਲ ਦੇ ਉੱਤੇ ਲਿਖਿਆ ਸਾਰਾ ਕੁਛ। ਵਾਹਿਗੁਰੂ। ਹਾਂ, 3 ਮੀਲ ਸਾਨੂੰ ਛੱਡਣ ਆਏ ਵਿੱਚ ਕਾਫਲੇ ਦੇ। ਅੱਛਾ, ਮੁਸਲਮਾਨ ਲੰਬਰਦਾਰ ਪਿੰਡ ਦਾ ਸ਼ਾਹਬਦੀਨ, ਹੈਂ, ਸ਼ਾਹਬਦੀਨ ਸਿੰਘ ਦਾ ਨਾਂ ਅਤੇ ਹੈਗਾ ਸੀ ਲੰਬਰਦਾਰ ਪਿੰਡ ਦਾ, ਜਿੱਥੇ ਅਸੀਂ ਰਹਿੰਦੇ ਸਾਂ, ਉਹੀ ਜਾਗੂ ਵਾਲਾ ਛੱਡਿਆ ਸੀ ਨਾ ਉੱਥੇ, ਉਹ ਲੰਬਰਦਾਰ ਸੀ, ਉਹ ਫਿਰ ਸਾਡੇ ਨਾਲ ਆਇਆ ਹੈ ਅਤੇ ਨਾਲੇ ਵਿਚਾਰਾ ਰੋਵੇ ਢਾਈ ਮਾਰ ਕੇ, ਮੈਨੂੰ ਸਾਰਾ ਪਤਾ, ਮੇਰੇ ਬਾਪੂ ਦੇ ਗੱਲ ਲੱਗ ਕੇ ਰੋਵੇ, ਬਾਪੂ ਹੁਣ ਫਿਰ ਕਦੋਂ ਮਿਲੋਗੇ, ਅਕੋਣੀ ਛਾਪਸਿਆਂ ਵਿੱਚ ਕਿਉਂ ਰੋਣਾ, ਹੌਂਸਲਾ ਕਰ ਖੋਰੇ, ਅਸੀਂ ਆ ਹੀ ਜਾਵਾਂਗੇ, ਹੈਂ, ਉਹਨੂੰ ਇੰਨੀਆਂ ਦਵੇਰੀਆਂ ਦਿੰਦਾ ਰਿਹਾ ਮੇਰਾ ਪਿਓ, ਹੈਂ, ਇਹਨੂੰ ਦੱਸਿਆ ਮੈਨੂੰ ਸਾਰਾ ਪਤਾ, ਮੇਰੇ ਤਾਂ ਦਿਲ 'ਤੇ ਲਿਖੀਆਂ ਨੇ ਸਾਰੀਆਂ ਲਾਲੇ, ਮੈਂ ਇਹਨੂੰ ਝੂਠ ਨਹੀਂ ਬੋਲਦਾ ਬਿਲਕੁਲ ਵੀ। ਬੜਾ ਮੁਸਲਮਾਨ ਵਿਚਾਰੇ ਮੇਰੇ ਜਿਹੜੇ ਅਸੀਂ ਰਹਿੰਦੇ ਹਾਂ ਜਿੱਥੇ, ਬੜੇ ਮੁਸਲਮਾਨ ਪਿਆਰੇ ਸੀ ਵਿਚਾਰੇ, ਬਹੁਤ ਹੀ ਪਿਆਰੇ, ਬੜੇ ਰੋਂਦੇ ਸੀ, ਆਉਂਦੇ ਸੀ ਹੁਣ ਆਪਾਂ ਕਦੋਂ ਮਿਲਾਂਗੇ, ਅਤੇ ਬਾਪੂਆਂ ਦਾ ਵੀ ਕੋਣੀ ਹੌਂਸਲਾ ਕਰੋ ਛਾਪਦੀ ਨਾ ਖੋਰੇ, ਰੱਬ ਵੀ ਹਾਂ ਮੋੜ ਹੀ ਲਿਆਵੇਗਾ, ਹੈਂ, ਉਹਨੂੰ ਇੰਨੀ ਤਜਰਬੀ ਦੇ ਕੇ ਦੇ, ਚਲ ਫਿਰ ਅਸੀਂ ਆ ਗਏ। 3 ਮੀਲ ਨਾਲ ਆਇਆ ਸਾਡੇ, ਉੱਥੇ ਆ ਕੇ ਕਾਫਲੇ 'ਚ ਸਾਨੂੰ ਰਲਾ ਕੇ ਗਿਆ ਅਤੇ ਫਿਰ ਰੋਇਆ ਵਿਚਾਰਾ, ਲੰਬਰਦਾਰ ਸੀ ਪਿੰਡ ਦਾ, ਮੁਸਲਮਾਨ, ਅਤੇ ਮੇਰੇ ਭਰਾਵਾਂ ਦਾ ਭਰਾ ਬਣਿਆ ਸੀ। ਅੱਛਾ, ਹਾਂ, ਸੱਕਾ ਭਰਾ ਬਣਿਆ ਸੀ, ਇਕੱਠੇ ਜਾਣਾ, ਇਕੱਠੇ ਲਿਆਉਣੀਆਂ ਰੋਟੀਆਂ ਪਾਣੀਆਂ, ਇਕੱਠੀਆਂ ਹਿਸਾਬ ਨਾਲ ਰਹਿਣਾ, ਇਕੱਠੇ ਲੈਣ ਜਾਣਾ, ਛਈ ਕਿਤੋਂ ਲਿਆਉਣੀਆਂ ਹੋਣ ਤਾਂ ਇਕੱਠੇ ਹੀ ਜਾਣਾ, ਬੜਾ ਪ੍ਰੇਮ ਸੀ। ਸ਼ੁਕਰੀਆ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਦੀਨ ਮੁਹੰਮਦ ਹੈ। ਤੇ ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਹੈ? ਅਸਨਦੀਨ। ਤੇ ਦਾਦਾ ਜੀ ਦਾ? ਦਾਦਾ ਮੱਲਾ ਸੀ ਉਹਦੇ ਨਾਮ। ਤੁਹਾਡੀ ਉਮਰ ਕਿੰਨੀ ਹੋਊਗੀ? ਉਮਰ ਮੇਰੀ 80-85 ਸਾਲ ਹੋਏ ਜੀ। ਅੱਛਾ, ਤੇ ਜਦੋਂ ਪੰਜਾਬ 2 ਕੁ ਸਾਲ ਘੱਟ ਹੋਏ ਜੀ, ਜੇ ਇੱਥੇ ਟਿਕੜੇਗੀ। ਤੇ ਜਦੋਂ ਪੰਜਾਬ ਦੀ ਵੰਡ ਹੋਈ ਹੈ, ਤੁਹਾਨੂੰ ਤਾਂ ਯਾਦ ਹੋਏਗਾ ਅੱਛਾ ਖਾਸਾ। ਆਹੋ, ਵੇਲਾ ਤਾਂ ਯਾਦ ਹੈ। ਅੱਛਾ, ਇਹ ਦੱਸੋ ਪਿੰਡ ਕਿੰਨਾ ਪੁਰਾਣਾ ਹੈ? ਇਹ ਪੁਰਾਣਾ ਮੇਰੇ ਜੰਮਣ ਤੋਂ ਅੱਗੇ ਦਾ ਹੈ ਉਹ। ਮੈਂ ਪੁਰਾਣਾ ਪਿੰਡ ਹੈ। ਪਿੰਡ ਦਾ ਨਾਮ ਕਿਵੇਂ ਪਿਆ? ਜਾਗੋ ਵਾਲੀ ਇਹ ਜਾਗੋ ਵਾਲਾ ਚੱਕ ਚਾਰ। ਹਾਂ, ਨਾਮ ਕਿਵੇਂ ਪਿਆ ਹੈ ਪਤਾ? ਸੁਣਿਆ ਕਦੀ ਕਿਸੇ ਤੋਂ ਕਿ ਇਹ ਜਾਗੋ ਵਾਲਾ ਜੀ ਪਿੱਛੇ ਹੈਗਾ ਸੀ ਤੇ ਉੱਥੋਂ ਇੱਥੇ ਆਇਆ, ਇੱਥੇ 2 ਪਿੰਡਾਂ ਦਾ ਇੱਕ ਪਿੰਡ ਬਣਿਆ ਤੇ ਉਸ ਵੀਰਮ ਤੇ ਜਾਗੋ ਵਾਲਾ, ਇਹ 2 ਪਿੰਡ ਨੇ ਪਿੱਛੋਂ ਵੀਰਮ ਜੱਗੀਆਂ, ਉਹ ਹੈਗਾ ਠੀਂਗਾ ਦੇ ਕੋਲ, ਆਗੂ ਖੁੱਡੀਆਂ ਦੇ ਕੋਲ, ਉੱਥੋਂ ਆਏ ਨੇ। ਦੂਜਾ ਇਹ ਜਾਗੋ ਵਾਲਾ ਜਿਹੜਾ ਇਹ ਉੱਧਰ ਪਿੱਛਾ ਜਾਗੋ ਵਾਲਾ ਹੋਰ ਹੈਗਾ, ਉੱਥੇ ਉਹ ਉੱਥੋਂ ਇੱਥੇ ਆਏ ਨੇ, ਉਹ ਨਾਨਕੇ ਪਿੰਡ ਬਣਾਇਆ। ਨਹੀਂ, 40 ਚੱਕ ਚਾਰ ਜਿਹੜਾ ਹੈ ਉਹ ਪਰਾ ਹੈ, ਪੱਤੋ ਤੋਂ ਪਰ ਆਬਾਦੀ ਜਿਹੜੀ ਆਬਾਦ ਕਰ ਰਹੀ ਸੀ, ਇਹ ਬ੍ਰਾਹਮਣ ਸੀ ਪਹਿਲੇ,
ਇਹਦੇ 'ਚ ਕੋਈ ਇੱਥੇ ਫਸਲ ਫੁਸਲ ਨਹੀਂ ਸੀ ਹੁੰਦੀ। ਇਹ 1892 ਚੱਕਬੰਦੀ ਜਿਸਲੀ ਹੋਈ ਹੈ, ਉਸ ਤੋਂ ਬਾਅਦ ਫਿਰ ਲੋਕ ਜਿਹੜੇ ਨੇ ਉੱਧਰ ਉੱਠ ਕੇ ਆਏ ਨੇ, ਜਿਹੜੇ ਇੱਥੇ ਮੁਸਲਮਾਨਾਂ ਦੇ ਘਰ ਨੇ ਬੈਠੇ ਹੋਏ, ਇਹ ਪਿੱਛੋਂ ਕੁਤਬਾ ਪਿੰਡ ਹੈ ਖੁੱਡੀਆਂ ਦੇ ਕੋਲ, ਇਹ ਉੱਥੋਂ ਦੇ ਬੈਠੇ ਨੇ ਸਾਰੇ ਤਕਰੀਬਨ, ਤੇਲੀਆਂ ਦੇ ਘਰ ਵੀ ਨੇ, ਜਲਾਇਆ ਦੇ ਘਰ ਨੇ। ਇਸੇ ਤਰ੍ਹਾਂ ਅੱਛਾ ਇਹ ਦੱਸੋ ਪਹਿਲੇ ਕਿ ਉਸ ਵੇਲੇ ਪਿੰਡ ਦੇ ਨੰਬਰਦਾਰ ਕਿਹੜੇ ਕਿਹੜੇ ਹੁੰਦੇ ਸਨ? ਨੰਬਰ 1 ਬਾਲ ਸਿੰਘ ਸੀ, ਅਤੇ 2 ਬਾਲ ਸਿੰਘ, ਉਹ ਦੋਵੇਂ ਨਾਂ ਸੀ ਬਾਲ ਸਿੰਘ। ਇੱਕ ਇੱਥੇ ਹੈਗਾ ਸੀ ਸ੍ਰੀ ਉਹ ਈਸ਼ਰ ਸਿੰਘ, ਉਹ ਸਫੈਦ ਪੋਚ ਸੀ। ਹਾਂ, ਉਹਨੂੰ ਇਨਾਮ ਹੋਇਆ ਸੀ ਸਗੋਂ ਉਹ ਦੂਜੀਆਂ ਚਲਾਰਾਂ 'ਤੇ। ਹਾਂ, ਉਹਨੂੰ 6 ਮਹੀਨੇ ਬੰਨਣ ਛੱਡਣ ਦਾ ਵੀ ਹੁਕਮ ਸੀ ਅੰਗਰੇਜ਼ਾਂ ਵੱਲੋਂ। ਹਾਂ, ਅੰਗਰੇਜ਼ਾਂ ਬੰਨਵੇ। ਬੜਾ ਚੰਗਾ ਬੰਦਾ ਸੀ ਉਹ। ਮੁਸਲਮਾਨਾਂ ਦੇ ਨਾਲ ਜੀ ਉਹਨਾਂ ਦਾ ਬੜਾ ਪਿਆਰ ਸੀ, ਐਵੇਂ ਆਖੀਏ ਬੜਾ ਪਿਆਰ ਸੀ। ਕਿਵੇਂ ਜੋ ਉਹਨਾਂ ਆਖ ਦੇਣਾ ਉਹ ਉਹਨਾਂ ਕਰਨਾ, ਉਹ ਉਹਨਾਂ ਆਖ ਦੇਣਾ। ਜ਼ਿਮੀਂਦਾਰ ਨਾ ਇਹਨਾਂ ਇੱਕ ਵਾਰੀ ਮਸੀਤ ਸਾਡੇ ਦੇ ਵਿੱਚ ਬਾਂਗ ਆਖੀ ਸੀ, ਅਤੇ ਇੱਕ ਕਮੋ ਨੇ ਆਖਿਆ ਚੱਲ ਵੀ ਬਾਂਗ ਆ ਗਾ ਨਾ ਆਖੇ, ਇੱਥੇ ਬਾਂਗ ਆਗਾ ਵਾਸਤੇ ਨਾ ਹੋਵੇ। ਉਹ ਸਰਦਾਰ ਹੀ ਸਿਰ 'ਚ ਆਇਆ ਸੀ, ਉਹਨੇ ਆਖਿਆ ਕਿਉਂ ਬਈ ਆਖੇ ਸਾਡੀਆਂ ਰੋਟੀਆਂ ਬਾਂਗੀਆਂ ਜਾਂਦੀਆਂ। ਉਹਨੇ ਆਖਿਆ ਤੁਸੀਂ ਉੱਥੇ ਜਦੋਂ ਘੁੱਗੂ ਜਾ ਜਾਂਦੇ ਜੇ ਸਣਖ, ਅਤੇ ਉਦੋਂ ਤੂੰ ਇਹਨਾਂ ਦੀਆਂ ਰੋਟੀਆਂ ਨਹੀਂ ਗਵੇਂਦੀਆਂ, ਇਹਨਾਂ ਦੀਆਂ ਵੀ ਗਵੇਂਦੀਆਂ, ਇਹ ਇਸ ਤਰ੍ਹਾਂ ਚੱਲੇਗਾ ਜੇ ਤੂੰ ਇਵੇਂ ਕਰਨਾ ਤੂੰ ਸਵੇਰੇ ਤੈਨੂੰ ਮੌਲਵੀ ਆਣ ਕੇ ਆਖਦੇ ਕਰੇਗਾ, ਤੂੰ ਘਰਾਂ ਦੇ ਵਿੱਚ ਜੋ ਮੁਸਲਮਾਨ ਹੈ ਉਹਨਾਂ ਨੂੰ ਜਾ ਕੇ ਇਹ ਗੱਲ ਆਖਣੀ, ਉੱਠੋ ਵੀ ਨਮਾਜ਼ ਦਾ ਟਾਈਮ ਹੋ ਗਿਆ। ਉਹਨੇ ਆਖਿਆ ਜੀ ਮੈਂ ਕਿਹਾ ਜਾਵਾਂ, ਅਤੇ ਉਹਨੇ ਆਖਿਆ ਜੀ ਉਹ ਕਿਉਂ ਬਾਂਗ ਨਾ ਆਖਣ, ਜਿਵੇਂ ਆਪਾਂ ਕਰਨੇ ਉਵੇਂ ਉਹ ਕਰਦੇ ਨੇ, ਜੋ ਆਖਣ ਦੇ ਬਾਂਗ ਲਗੂ ਮਸੀਤ ਬਣਾਈ। ਹਾਂ, ਇਹ ਉਸ ਨੇ ਬਣਾਈ ਹੈ। ਉਹਨੇ ਆਖਿਆ ਤੂੰ ਮਸੀਤ ਬਣਾਓ ਅਤੇ ਆਪਦਾ ਬਾਂਗ ਆਖੋ, ਜੋ ਮਰਜ਼ੀ ਆਖੋ, ਜਿਹੜਾ ਰੋਕੇਗਾ ਮੈਂ ਜਾਣਾ ਅਤੇ ਉਹ ਜਾਣਾ। ਉਸ ਟਾਈਮ 'ਤੇ ਉਹ ਖਿੱਤੇ ਖਰਾਸ ਹੁੰਦੇ ਸੀ ਆਟਾ ਪੀਣ ਵਾਲੇ, ਉਹਨੇ ਕਣਕ ਘਰੋਂ ਜਾ ਕੇ ਭਿਆਵਨੀ ਤਾਲ ਘਿਓ ਦੇਣਾ ਅਤੇ ਮੁਸਲਮਾਨਾਂ ਨੂੰ ਕਹਿਣਾ ਵੀ ਇਹ ਆਟਾ ਦਾਲ ਜੋ ਸਾਰੇ ਰੋਜ਼ੇ ਰੱਖੋ। ਅੱਛਾ, ਉਹ ਮਤਲਬ ਮਦਦ ਕਰਦੇ ਸੀ ਰਮਜ਼ਾਨ ਇਸ ਲਈ ਮੁਸਲਮਾਨ ਰੋਜ਼ੇ ਰੱਖਣ, ਰੋਜ਼ੇ ਰੱਖਣ ਤੁਸੀਂ ਉੱਥੋਂ ਖਰਾਸ ਤੋਂ ਉਹਨੇ ਆਟਾ ਲੋਕਾਂ ਨੂੰ ਦੇਣਾ ਘਿਓ ਘਰੋਂ ਦੇਣਾ ਆਣ ਕੇ, ਅਤੇ ਉਹਨੇ ਕਿਹਾ ਰੋਜ਼ੇ ਸਾਰੇ ਮੁਸਲਮਾਨ ਰੱਖੇ, ਅਤੇ ਉਹਨੇ ਜੇਲ੍ਹ ਬਣਾਈ ਸੀ। ਕਿੰਨਾ ਨੇ ਸਰਦਾਰ ਸਿੰਘ ਨੇ? ਅੱਛਾ, ਉਹਨਾਂ ਨੇ ਜੇਲ੍ਹ ਬਣਾਈ ਸੀ, ਜੇਲ੍ਹ ਬਣਾਈ ਸੀ ਅਤੇ ਉਹ ਜੀ ਜੀ ਕੁਰਾਨ ਪਾਕ ਪੜ੍ਹਦਾ ਸੀ ਅਤੇ ਜੁਮੇ ਖੁਤਬਾ ਵੀ ਜਾ ਕੇ ਮਸਜਿਦ ਸੁਣ ਕੇ ਆਉਂਦਾ ਸੀ। ਅੱਛਾ, ਈਸ਼ਰ ਸਿੰਘ ਇੰਨੀ ਰਿਸਪੈਕਟ ਕਰਦੇ ਸੀ, ਇੰਨੀ ਸੀ ਉਹ ਮਤਲਬ ਇੱਕ ਮੁਸਲਮਾਨ ਰਿਸਪੈਕਟ ਵੀ ਕਰਦੇ ਸੀ, ਅਤੇ ਉਹ 8 ਦਿਨਾਂ ਬਾਅਦ ਜੋ ਜੁਮਾ ਵਾਲਾ ਸੀ ਨਾ ਉਦੋਂ ਉਹ ਜੁਮੇ 'ਤੇ ਜਾ ਕੇ ਅਤੇ ਆਪਣਾ ਖੁਤਬਾ ਵੀ ਸੁਣਦੇ ਸੀ ਅਤੇ ਕੁਰਾਨ ਪਾਕ ਡੇਲੀ ਆਪਣੇ ਘਰ ਪੜ੍ਹਦਾ ਸੀ। ਅੱਛਾ, ਬੜਾ ਭਾਈਚਾਰਾ ਸੀ ਇਹਨਾਂ ਦਾ ਆਪਸ 'ਚ, ਸੁਣਿਆ ਵੀ ਬੜਾ ਸਿੱਖ ਜਿਹੜੇ ਸਨ ਵੱਡੇ ਸਨ ਇੱਥੇ ਸਿੱਖ, ਅਤੇ ਉਹ ਬੜਾ ਮੁਸਲਮਾਨਾਂ ਦੇ ਹੱਥ ਰੱਖਦੇ। ਹਾਂਜੀ, ਮੁਸਲਮਾਨਾਂ ਦਾ ਮਸਲਾ ਇਹ ਸੀ ਕਿ ਉਹ ਜਿਹੜੇ ਸਿੱਖ ਸੀ ਨਾ ਉਹ ਸਰਦਾਰ ਸੀ, ਅਤੇ ਇੱਥੇ ਜਿਹੜੇ ਬਾਕੀ ਲੋਕ ਸੀ ਉਹ ਸਾਰੇ ਕੰਮੇ ਸੀ, ਮਤਲਬ ਉਹ ਸਾਰੇ ਕੰਮ ਕਰਨ ਵਾਲੇ ਸੀ, ਲੇਕਿਨ ਸੁਣਨ 'ਚ ਆਉਂਦਾ ਕਿ ਸਿੱਖ ਬੜਾ ਅੱਛਾ ਸੀ, ਜਿਵੇਂ ਕਿ ਜ਼ਾਤੇ ਖੁਦ ਬਹੁਤ ਅੱਛਾ ਇਨਸਾਨ ਸੀ। ਅੱਛਾ, ਉਸ ਵੇਲੇ ਖੂਹ ਕਿੰਨੇ ਹੁੰਦੇ ਸੀ ਪਿੰਡ 'ਚ? ਹਾਂਜੀ, ਖੂਹ ਉਸ ਇੱਕ ਅਤੇ ਦੋ ਤਿੰਨ ਖੂਹ ਹੁੰਦੇ ਸੀ। ਉਹ ਪਿੰਡ ਦੇ ਵਿੱਚ ਜਿਹੜੇ ਘਰਾਂ ਦੇ ਵਿੱਚ ਲੋਕਾਂ ਲਾਇਆ ਸੀ ਉਹ ਤਾਂ ਨਹੀਂ ਨਾ ਗਿਣਿਆ ਜਾ ਮੈਂ ਬਿਲਕੁਲ ਜੀ, ਕੋਈ ਰੁਕਾਵਟ ਨਹੀਂ ਸੀ, ਅਸੀਂ ਉਸੇ ਤਰ੍ਹਾਂ ਕੁਰਬਾਨੀ ਕਰਦੇ ਸੀ। ਤੁਹਾਨੂੰ ਆਪਣੇ ਹਾਨ ਦੇ ਕੋਈ ਸਰਦਾਰਾਂ ਦੇ ਨਾਮ ਯਾਦ ਨੇ? ਜ਼ਾਹਿਰ ਹੈ ਉਦੋਂ ਤੁਸੀਂ ਛੋਟੇ ਸੀ, ਜਿਹਨਾਂ ਨਾਲ ਤੁਹਾਡਾ ਬਚਪਨ ਗੁਜ਼ਰਾ ਹੋਏ ਉਹਨਾਂ ਦੇ ਨਾਮ ਯਾਦ ਨੇ? ਬਚਪਨ ਦੇ ਨਾਲ ਜਿਹੜੇ ਸਾਡੇ ਘਾੜੀ ਹੈਗੇ ਸੀ ਆਣੀ ਜਿਹੜੇ ਸੀ ਨਾ ਉਹ ਹੀ ਨੇ, ਉਹਨਾਂ ਦੇ ਕਈਆਂ ਦੇ ਨਾਂ ਆਉਂਦੇ ਨੇ। ਹਾਂ, ਉਹਦੇ ਨਾਂ ਇੱਕ ਦਿਨ ਪਿਆਰੂ ਹੈਗਾ ਸੀ, ਕਰਤਾਰੂ ਹੈਗਾ ਸੀ, ਇਸ ਤਰ੍ਹਾਂ ਦੇ ਸਾਰਿਆਂ ਦੇ ਨਾਂ, ਉਹ ਤਾਂ ਉਹਨਾਂ ਦੇ ਨਾਲ ਅਸੀਂ ਖੇਡਦੇ ਜੀ ਰਹੇ ਹਾਂ। ਪਿੰਡ 'ਚ ਉਸ ਵੇਲੇ ਗੁਰਦੁਆਰੇ ਕਿੰਨੇ ਹੁੰਦੇ ਸੀ?
ਪਿੰਡ 'ਚ ਗੁਰਦੁਆਰੇ ਤੋਂ ਉਵੇਂ ਹੋ ਗਏ ਸੀ ਦੋ, ਅਸਲੀ ਦੋ ਸੀ ਅਤੇ ਅਗਾਂਹ ਫਿਰ ਤਿੰਨ ਬਣ ਗਏ ਬਸ ਇੰਨੇ। ਕੋਈ ਮੇਲਾ ਲੱਗਦਾ ਸੀ ਉਸ ਵੇਲੇ ਜਿਹੜਾ ਸਾਰੇ ਮਿਲ ਕੇ ਮਨਾਉਂਦੇ? ਆਹੋ ਜੀ ਮੇਲਾ ਲੱਗਦਾ ਸੀ। ਉਹ ਜਿੱਥੇ ਕੁੜੀਆਂ ਦਾ ਸਕੂਲ। ਕਿਸ ਚੀਜ਼ ਦਾ ਮੇਲਾ ਲੱਗਦਾ ਸੀ? ਉਹ ਸਾਧੂ ਸੀ, ਉਹਨਾਂ ਦੇ ਨਾਂ ਕੋਲ ਨਾਵਾਂ ਦੇ ਕੋਲ ਸਾਧੂ ਸੀ, ਸਾਰੇ ਮਿਲ ਕੇ ਮੇਲਾ ਲੱਗਦਾ। ਸਰਦਾਰ ਗੁਰਦਿੱਤ ਸਿੰਘ ਨੇ ਬਣਵਾਇਆ, ਉਰਦੂ ਚ ਵੀ ਤੇ ਗੁਰਮੁਖੀ ਜੀ। ਤੇ 1886 ਈਸਵੀ ਉਹ ਨੇਮ ਪਲੇਟ ਦੇ ਫਿਰ ਸਾਈਡਾਂ 'ਤੇ ਥੱਲੇ ਪਿੱਲਰਾਂ 'ਤੇ ਮੇਰੇ ਖਿਆਲ 2-2 ਫੁੱਟ ਦਾ ਫਾਸਲਾ ਹੋਣਾ ਹੈ। ਉਹ ਨੇ 6 ਇੰਚ ਦੀ 6 ਇੰਚ ਮੁਰੱਬਾ ਦੀਆਂ ਲੱਗੀਆਂ ਸਨ ਟਾਈਲਾਂ। ਉਹ ਟਾਈਲਾਂ ਜਨਾਬ ਬੈਕ ਸਾਈਡ ਦੇਖੀ ਅਤੇ ਲਿਖਿਆ ਸੀ ਮੇਡ ਇਨ ਜਾਪਾਨ। ਹਾਂਜੀ ਉਸ ਤੋਂ ਬਾਅਦ ਜਿਹੜੇ ਇਹ ਜਿਹੜੀ ਜਗ੍ਹਾ ਹੈ ਇਹ ਪਹਿਲੇ ਬ੍ਰਾਂਡ ਸੀ ਇੱਥੇ, ਫਿਰ ਚੱਕਬੰਦੀ ਅੰਗਰੇਜ਼ਾਂ ਜਦੋਂ ਕੀਤੀ ਨਾ ਇਹ ਫਿਰ ਅਲਾਟਮੈਂਟ ਲੋਕਾਂ ਨੂੰ ਕੀਤੀ ਅਤੇ ਫਿਰ 1892 'ਚ ਇੱਥੇ ਜਿਹੜੇ ਨਾ ਪਿੰਡ ਬੰਦਾ 1892 ਇੱਥੇ ਜ਼ਿਆਦਾ ਸਿੱਖ ਸੀ, ਇੱਥੇ ਸਿੱਖਾਂ ਦੀ ਸੀ। ਬਾਕੀ ਜਿਹੜੇ ਮੁਸਲਮਾਨਾਂ ਦੇ ਘਰ ਸੀ ਉਹ ਕੁਛ ਜਲਾਇਆਂ ਦੇ ਸੀ, ਕੁਛ ਨਾਈਆਂ ਦੇ ਸੀ, ਕੋਈ ਤੇਲੀਆਂ ਦੇ ਸੀ, ਕੋਈ ਘੁਮਿਆਰਾਂ ਦੇ ਸੀ, ਇਹ ਮੁਸਲਮਾਨ ਸੀ। ਬਾਕੀ ਇਸਾਈਆਂ ਦੇ ਘਰ ਹੈਗੇ ਨੇ ਅਤੇ ਜਿਹੜੇ ਮੁਸਲਮਾਨ ਬਜ਼ੁਰਗ ਸਨ ਉਸ ਵੇਲੇ ਉਹਨਾਂ 'ਚ ਕੋਈ ਵੀ ਨਹੀਂ, ਉਹਨਾਂ 'ਚ ਨਹੀਂ ਕੋਈ ਵੀ ਨਹੀਂ ਗਾ ਤਕਰੀਬਨ ਸਨ।
खुद ही गिर गई जिथे हुण छीमबिया दा घर ओहदे नाल पहले दा घर सी जिधर मास्टर शेख है ना उन्होंने सामने इधर का जिसे वो रहना अपना दूल्हे ठाकरे मुंडे रहने हाँ क्यों रहना जिसे इधर है उन्हें समान जिन्हां कोल गड्डां गुड्डां हैगियां सी ओह समान लै गए सी जिन्हां कोल नहीं सी हैगियां ओह उन्हां दे नाल टुर के लग गए ना कोई साडे पिंड दे विच नुकसान नहीं है कुछ कह के जांदे सी हां जी कुछ कह के जांदे सी मिलके गए ने इन्ना असी डरदे सगो निजामपुरे गए चले एवं जी आखी जे इतने आपदा दो तीन पिंड जड़े से इतने ही जुड़े हुए थे डरते गए बिना जानिए कोई पता नहीं सारा कट्ठ इतने बाहर ही होया पक्के घर तो उदन भी बाबा उदो भी बाबा है किन्ने कु घर उदो एक है जमात अली शाह वाला घर मनोरा घर भी पक्का सी सारा एक क्याला भी सारा पक्का सी जावर क्याला भी एक ही घर दे हां ते उदो एक ही परिवार दे ने सारे वो जड़ा वो घर आ क्याला जड़ा घर ते वो घर ए जो एक ही घर ही आ पैड़ी उने हां ते वो जेड़े सिद्ध सिख ਉਹਨਾਂ ਦੇ ਮਕਾਨ ਅੱਛੇ ਬਣੇ ਸੀ ਉਹਨਾਂ ਨੇ ਬਾਹਰ ਗੇਟ ਵੱਡੇ ਗੇਟ ਲਾਏ ਸੀ ਉਹਨਾਂ ਤਕਰੀਬਨ ਬੇਲੀਆਂ ਦੇ ਆਪਣੇ ਆਓ ਉਹਦੇ ਨਾਲ ਪਹਿਲੇ ਨੇ ਜਿਹੜੇ ਸੀ ਉਹ ਮਕਾਨ ਤਿੰਨ ਘਰ ਜੇ ਇੱਕ ਨੰਬਰਦਾਰ ਦਾ ਘਰ ਸੀ ਪੱਕਾ ਚਵਾਰਾ ਸੀ ਤੇ ਇੱਕ ਨਾਲ ਉਹ ਪਹਿਲੇ ਦਾ ਸੀ ਇੱਕ ਹੋਰਲੇ ਦਾ ਦੋਵੇਂ ਭਰਾ ਸੀ ਉਹ ਅੱਛਾ ਉਹ ਵੀ ਪੱਕੇ ਸੀ ਲਾਟਮੈਂਟ ਰਕਬਾ ਜੀ ਬਹਿਰੇ ਫਿਰ ਉਸ ਹਾਲ ਉਹਨਾਂ ਨੇ ਜਿਵੇਂ ਜਿਵੇਂ ਮਤਲਬ ਗਵਰਨਮੈਂਟ ਦੇ ਰਾਜ ਅੰਗਰੇਜ਼ਾਂ ਨੇ ਕੀਤੀ ਅੰਗਰੇਜ਼ਾਂ ਲਾਟਮੈਂਟ ਕੀਤੀ ਸੀ 12.5 ਕਿੱਲੇ ਦੀ ਮਰੱਬੇ ਦੀ ਲਾਟਮੈਂਟ ਇਹ ਸਾਰੇ ਇਹ ਤਕਰੀਬਨ ਕੋਈ ਮੇਰਾ ਖਿਆਲ ਹੈ बच्चियां कुचियां अद्धा दिल ते यार ना मुड़ मुड़ वंडो साडे वीरां वर्गे पंज दरिया ना मुड़ मुड़ वंडो ठंडा पाउंदे पानी ठंडे ठार ना मुड़ मुड़ वंडो ए धरती ते साडे पीरां वलियां दी धरती
साडे पीरां वलियां दे दरबार ना मुड़ मुड़ वंडो। लौंगां दे लश्कार ने सांझे वंगां दे छनकारे, साडे ऐ लश्कार ते ऐ छनकार ना मुड़ मुड़ वंडो। रितल बोली वांगू फन वी सांझाए सरमाया, सिंधु वर्गे साडे ये फनकार न मुड़ मुड़ वंडो। ਫਿਰ ਜਦੋਂ ਵੰਡ ਤੋਂ ਬਾਅਦ ਇੱਧਰ ਆਏ ਹੋ ਅਤੇ ਇੱਧਰ ਆ ਕੇ ਕਿੱਥੇ ਵੱਸੇ? ਅਸੀਂ ਹਾਂਜੀ ਅਸੀਂ ਵੱਸੇ ਜੀ ਪਿਆਰਿਆਂ ਨੇ। ਉਹ ਕਿੱਥੇ ਗਏ? ਉਹ ਨਾਲ ਫਿਰੋਜ਼ਪੁਰ ਦੇ। ਅੱਛਾ ਅੱਛਾ ਭਾਈ, ਪਰ ਉਹਦੇ ਪਾਸੇ ਉੱਠੇ ਅਤੇ ਨਾਲ ਹੀ ਇੱਧਰ ਆ ਕੇ ਬਹਿ ਗਏ? ਨਹੀਂ ਹਾਂਜੀ, ਬੜਾ ਮਹੀਨਾ ਪੂਰਾ ਟੁਰੇ ਹਾਂ। ਅੱਛਾ, ਅਸੀਂ ਇੱਧਰੋਂ ਆਏ ਆਪਣੇ ਤਰਨ ਤਾਰਨ ਵੱਲੋਂ। ਅੱਛਾ ਅੱਛਾ, ਉੱਥੇ ਗੱਡੇ ਲੈ ਕੇ ਆਏ ਹਾਂ ਹੌਲੀ 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 ਹੌਲੀ, ਅਗਾਂਹ ਅੱਜ ਇੱਥੇ ਭੜਕੇ ਉੱਥੇ ਪਰਸੋਂ ਉੱਥੇ, ਅਤੇ ਫਿਰ ਅਸੀਂ ਇੱਧਰ ਨੂੰ ਮੁੜੇ ਅਤੇ ਫਿਰ ਸਾਨੂੰ ਇੱਕ ਬੰਦਾ ਆਉਂਦਾ, ਤੁਸੀਂ ਫਿਰੋਜ਼ਪੁਰ ਨਾ ਜਾਓ, ਉੱਥੇ ਕੰਮ ਔਖਾ ਹੈ। ਅਤੇ ਅਸੀਂ ਫਿਰ ਪਿਆਰਿਆਂ ਨੇ ਬਹਿ ਗਏ ਰਾਤ ਨੂੰ। ਅੱਛਾ, ਪਿਆਰਿਆਂ ਨੇ ਦਾ ਜਿਹੜਾ ਲੰਬਰਦਾਰ ਸੀ ਨਾ ਪਿੰਡ ਦਾ, ਉਹਨੇ ਸਾਨੂੰ ਬਾਲਿਆ, ਉਹਨੇ ਸਾਨੂੰ ਕੋਠੇ ਦੇ ਦਿੱਤੇ, ਉਹਨੇ ਸਾਨੂੰ ਸਮਝ ਲਿਆ ਵੀ ਸਭ ਕੁਛ ਦੇ ਦਿੱਤਾ ਜਿਹੜੇ ਮੁਸਲਮਾਨਾਂ ਦੇ ਵਿਹਲੇ ਪਏ ਸੀ, ਵੀ ਇੱਥੇ ਤੁਸੀਂ ਰਹੋ ਅਤੇ ਅਗਾਂਹ ਨਾ ਜਾਇਆ ਜੀ। ਅੱਛਾ, ਅਤੇ ਅਸੀਂ ਫਿਰ ਪਿਆਰਿਆਂ ਨੇ ਰਹੇ, ਅਜੇ ਵੀ ਅਸੀਂ ਪਿਆਰਿਆਂ ਨੇ। ਠੀਕ ਠੀਕ, ਮੇਰਾ ਪਰਿਵਾਰ ਸਾਰਾ ਹੀ ਉੱਥੇ ਹੈ, ਇੱਕ ਮੈਂ ਇੱਥੇ ਹੈਗਾ ਬਸ। ਅਤੇ ਤੁਸੀਂ ਇੱਥੇ ਕਦੋਂ ਆਏ ਫਿਰ? ਇੱਥੇ ਤਾਂ ਮੈਨੂੰ ਆਏ ਨੂੰ 40 ਸਾਲ ਹੀ ਹੋ ਚੱਲੇ ਨੇ, ਇਹ ਪਹਿਲੀ ਮੁੱਲ ਲਈ ਨਾ। ਅੱਛਾ, 80 'ਚ ਮੈਂ ਇੱਥੇ ਆਇਆ। ਠੀਕ ਠੀਕ ਠੀਕ, ਅਤੇ ਦੂਜੇ ਮੇਰੇ ਉੱਥੇ ਹੀ ਨੇ। ਅੱਛਾ, ਬਾਕੀ ਪਰਿਵਾਰ? ਬਾਕੀ ਪਰਿਵਾਰ ਸਾਰਾ ਪਰਿਵਾਰ ਉੱਥੇ ਆ। ਭਾਓ, ਮੈਂ ਝੂਠ ਨਹੀਂ ਬੋਲਦਾ, ਉੱਥੇ ਨੇ ਸਾਰੇ। ਅਤੇ ਅੱਜ ਵੀ ਮੈਨੂੰ ਆਉਂਦਾ ਪਿਆ ਆਪਾਂ ਯਾਰ ਪਿਆਰਿਆਂ ਨੇ ਚੱਲੀਏ, ਸਾਰਿਆਂ ਨੂੰ ਮਿਲ ਆਈਏ ਜਿਉਂਦੇ ਜਿਉਂਦੇ, ਆਉਂਦੇ ਚੱਲਾਂਗੇ ਬਾਪੂ ਜਰਾ ਪਾਲਾ ਠਾਰ ਲੈਂਦੇ। ਠੀਕ, ਹਾਂ। ਅਤੇ ਇਸ ਤੋਂ ਇਲਾਵਾ ਕੋਈ ਹੋਰ ਗੱਲ ਯਾਦ ਹੈ ਪਿੰਡ ਦੀ? ਹਾਂ, ਹੋਰ ਕੋਈ ਗੱਲ ਤੁਹਾਨੂੰ ਯਾਦ ਹੋਈ ਜੋ ਸਾਂਝਾ ਕਰਨਾ ਚਾਹੁੰਦੇ ਹੋਵੋ? ਯਾਦਾਂ ਦਾ ਹੁਣ ਇਸ ਵਕਤ ਤਾਂ ਚੇਤਾ ਨਹੀਂ ਆਉਂਦੀਆਂ, ਐਵੇਂ ਆਖੀਏ ਪਰ ਯਾਦਾਂ ਦਾ ਸਿਰ ਆਉਂਦੀਆਂ ਹੀ ਨੇ। ਪਰ ਨਹੀਂ, ਐਵੇਂ ਤੈਨੂੰ ਝੂਠ ਨਹੀਂ ਬੋਲਦਾ ਮੈਂ, ਯਾਦਾਂ ਤਾਂ ਬੜੀਆਂ ਨੇ ਪਰ ਉਹ ਤੈਨੂੰ ਪਤਾ ਵੀ ਹੌਲੀ ਹੌਲੀ ਭੁੱਲ ਭੱਲ ਨਾਲ ਭੁੱਲ ਜਾਂਦੀ ਭੁੱਲ ਜਾਂਦੀ ਹੈ। ਅਤੇ ਹੁਣ ਜੀ ਕਰਦਾ ਪਿੰਡ ਵੇਖਣ ਦਾ? ਜੀ ਤਾਂ ਬੜਾ ਹੀ ਕਰਦਾ, ਆਣੇ ਵੀ ਖੰਭ ਲੱਗੇ ਹੁਣ ਤਾਂ ਬੜਾ ਹੀ ਮਾਰ ਕੇ ਚਲਾ ਜਾਈਏ, ਹੁਣ ਜੀ ਤਾਂ ਬੜਾ ਹੀ ਕਰਦਾ ਹੈ। ਚਲੋ, ਤੁਹਾਨੂੰ ਤੁਹਾਡਾ ਪਿੰਡ ਅਸੀਂ ਬਹੁਤ ਜਲਦੀ ਵਿਖਾਵਾਂਗੇ, ਤੁਹਾਨੂੰ ਇੱਥੇ ਘਰ ਬੈਠੀਆਂ ਹੀ ਵਿਖਾ ਦਾਂਗੇ। ਅਤੇ ਵਾਹਿਗੁਰੂ ਅੱਗੇ ਵੀ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਮੌਕਾ ਮਿਲੇ ਅਤੇ ਤੁਸੀਂ ਜਾ ਕੇ ਵੀ ਇੱਕ ਵਾਰੀ ਆਪਣਾ ਪਿੰਡ ਜ਼ਰੂਰ ਵੇਖੋ। ਨਹੀਂ, ਵੇਖ ਲਾਂਗੇ ਜਿਉਂਦੇ ਰਹੇ ਤਾਂ ਨਾਲ, ਪਰ ਤੁਹਾਨੂੰ ਜਾਣਾ ਪਏਗਾ ਜ਼ਰੂਰ ਜ਼ਰੂਰ। ਜੀਵੇ ਸਾਂਝਾ ਪੰਜਾਬ ਵੱਲੋਂ ਇੱਧਰੋਂ ਮੈਂ ਵੀ ਜੇ ਮੌਕਾ ਬਣਦਾ, ਨਹੀਂ ਤਾਂ ਸਾਡੀ ਟੀਮ ਉੱਧਰ ਹੈਗੀ ਹੈ, ਜਦੋਂ ਵੀ ਤੁਹਾਡਾ ਮੌਕਾ ਉੱਧਰ ਜਾਣ ਦਾ ਬਣਦਾ ਉੱਧਰ ਸਾਡੀ ਟੀਮ ਤੁਹਾਡੀ ਪੂਰੀ ਮਦਦ ਕਰੇਗੀ, ਤੁਹਾਡਾ ਪਿੰਡ ਤੁਹਾਨੂੰ ਆਪੇ ਜਾ ਕੇ ਵਿਖਾ ਕੇ ਲਿਆਵਾਂਗੇ ਅਸੀਂ। ਚਲੋ ਜੀ, ਠੀਕ, ਜਾਵਾਂਗੇ, ਤੁਹਾਨੂੰ ਗਲੀਆਂ ਵਿਖਾਵਾਂਗੇ, ਤੁਹਾਨੂੰ ਘਰ ਲੋਕਾਂ ਦੇ ਵਿਖਾਵਾਂਗੇ, ਆਹ ਮੇਰੇ ਫਲਾਣੇ ਦਾ ਸੀ, ਆਹ ਸਾਡੇ ਚਾਚਿਆਂ ਦੇ ਸੀ, ਆਹ ਸਾਡੇ ਆਹ ਮੇਰੇ ਸੀ, ਆਹ ਮੇਰੇ ਬਾਪੂ ਦੇ ਸੀ, ਸਾਰਿਆਂ ਦੇ ਘਰ ਵਿਖਾ ਦਿਆਂਗੇ ਜੇ ਹੋਏ ਉਵੇਂ ਤਾਂ, ਅਤੇ ਜੇ ਉਹਨਾਂ ਟਾਟੂ ਦਿੱਤੇ ਹੋਏ ਤਾਂ ਨਵੇਂ ਬਣ ਗਏ ਤਾਂ ਪਤਾ ਨਹੀਂ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਾਪੂ ਫੌਜਾ ਸਿੰਘ ਜੀ, ਜਿਹੜੇ ਕਿ ਲਾਹੌਰ ਜ਼ਿਲ੍ਹੇ ਦੀ ਚੁਨੀਆ ਤਹਿਸੀਲ ਦੇ ਪਿੰਡ ਜਾਗੂ ਵਾਲਾ ਚੱਕ ਚਾਲ ਦੇ ਵਿੱਚ ਰਹਿੰਦੇ ਹੁੰਦੇ ਸੀ।
ਵੰਡ ਵੇਲੇ ਜਿਨ੍ਹਾਂ ਦੀ ਉਮਰ 18 ਕੁ ਸਾਲ ਦੇ ਕਰੀਬ ਸੀ ਅਤੇ ਇਹਨਾਂ ਨੇ ਆਪਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਅਤੇ ਇਸ ਵੇਲੇ ਇਹ ਯੂਪੀ ਸਟੇਟ ਦੇ ਵਿੱਚ ਸਹਾਰਨਪੁਰ ਜ਼ਿਲ੍ਹੇ ਦੇ ਪਿੰਡ ਕੁੰਡੀ ਦੇ ਵਿੱਚ ਵੱਸਦੇ ਨੇ ਅਤੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜਲਦੀ ਹੀ ਉਹ ਆਪਣਾ ਪਿੰਡ ਵੇਖ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਹੈ ਕਿ ਤੁਹਾਨੂੰ ਸਾਡੀ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਏਗੀ। ਅਗਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਈਕ, ਸਬਸਕ੍ਰਾਈਬ ਔਰ ਸ਼ੇਅਰ ਕਰਨਾ ਨਾ ਭੁੱਲਣਾ। ਸ਼ੁਕਰੀਆ।